ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਆਸ ਕਰਦੇ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਸ਼ੁਰੂ ਕਰਦੇ ਅੱਜ ਦਾ ਵਲੌਗ। ਸਵੇਰ ਦੇ ਵੱਜੇ ਨੇ 11, ਆਪਣੇ ਘਰ ਚੱਲ ਰਿਹਾ ਕੰਮ, ਜਿਹੜਾ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਦੇਖਿਆ ਸੀਗਾ ਵੀ ਆਪਾਂ ਗੈਰਜ ਸਾ ਦਾ ਜਿਹੜਾ ਇੱਕ ਪਾਸਾ ਜਿਹੜਾ ਉਹ ਕੀਤਾ ਸੀ ਵਿਹਲਾ, ਉੱਥੇ ਆਏ ਬੈਠੇ ਆਪਣੇ ਕੰਮ ਕਰਨ ਵਾਲੇ ਵੀਰ, ਅਤੇ ਬੜੀ ਦੇ ਹੋ ਗਿਆ ਜ਼ਖਮ ਫਿਰ ਤੋਂ ਦੁਬਾਰੇ, ਅਤੇ ਹੁਣ ਉਹਦੀ ਲੈ ਕੇ ਆਇਆ। ਅਤੇ ਇੱਥੇ ਕੋਈ ਮਾਤਾ ਟੱਕਰ ਗਈ ਸੀ, ਉਹਨੂੰ ਉਤਾਰਨ ਉੱਠ ਗਿਆ ਗਾ, ਹੁਣ ਘਰ ਨੂੰ ਚੱਲੇ ਹਾਂ। ਅਤੇ ਅੱਜ ਆ ਕਰਦੇ ਸ਼ੁਰੂ ਵਲੌਗ, ਨਾਲੇ ਅਸੀਂ ਘਰ ਕੰਮ ਕਰ ਬਹੁਤ ਆ, ਉਹ ਕਰਦੇ ਹਾਂ, ਤੁਹਾਨੂੰ ਵੀ ਦਿਖਾਉਣੇ ਜਾ ਕੇ। ਅਤੇ ਬਸ ਹੋਰ ਤਾਂ ਕੁਛ ਨਹੀਂ। ਅਤੇ ਅੱਜ ਹੈਗੀ ਆ 8 ਪੋਹ, ਅਤੇ ਅੱਜ ਦੇ ਦਿਨ ਦੀ ਜਿਹੜੀ ਆ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਤੇ ਹੋਰ ਸਿੰਘ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ, ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ। ਅਤੇ ਇਹੀ ਅੱਜ ਦਾ ਇਤਿਹਾਸ ਹੈ। ਅਤੇ ਅੱਜ ਦੇ ਦਿਨ ਆਪਾਂ ਸ਼ਾਮ ਨੂੰ ਜਿਹੜਾ ਗੁਰਦੁਆਰਾ ਸਾਹਿਬ ਵੀ ਜਾਵਾਂਗੇ, ਹੋ ਸਕਦਾ ਆਪਾਂ ਬਠਿੰਡਾ ਕਿਲ੍ਹਾ ਸਾਹਿਬ ਜਾਈਏ। ਅਤੇ ਬਾਕੀ ਦੇਖਦੇ ਹਾਂ, ਪਹਿਲਾਂ ਕੰਮ ਮਾੜਾ ਜਿਹਾ ਨਿਬੇੜ ਲਈਏ ਅਤੇ ਉਸ ਤੋਂ ਬਾਅਦ ਫਿਰ ਚੱਲਦੇ ਹਾਂ ਅੱਗੇ। ਤਕਦੀਰ ਦੇਖੀ ਜਾਂਦੀ ਹੈ। ਅੱਜ ਪੂਰਾ ਰੈਸਟ 'ਤੇ ਹੈ ਨਾ ਮੈਡਮ? ਸਮੋਸੇ ਲੈਂਦੇ ਬਈ, ਅੱਜ ਪਹਿਲਾਂ ਹੀ ਪਾਰਟੀ ਕਰਤੀ ਜੋਧ ਦੇ ਡ੍ਰੀਮ ਦੀ, ਸਮੋਸਾ ਪਾਰਟੀ ਹੈ ਨਾ ਜੋਧ? ਕਿਵੇਂ ਲੱਗ ਰਿਹਾ ਤੈਨੂੰ? ਜੋਤ ਲਈ ਪਰਸਨਲ ਸਪੇਸ ਰੈਡੀ ਹੋ ਰਹੀ ਹੈ ਕੁਛ ਕਰਨ ਲਈ, ਬਾਕੀ ਤੁਹਾਨੂੰ ਪਤਾ ਲੱਗ ਹੀ ਜਾਣਾ ਗਾ ਹੁਣ ਤਾਂ। ਹਾਂ, ਜਦੋਂ ਰੈਡੀ ਹੋ ਗਿਆ ਫੇਰ ਹੀ ਦਿਖਾਵਾਂਗੇ। ਬਸ 2 ਜਾਣੀ ਆ, 3 ਕੰਮ ਆਪਣਾ ਹਜੇ ਚੱਲੀ ਜਾਂਦਾ, ਲਾਈ ਜਾਂਦੇ ਬਾਈ। ਅਤੇ ਆਪਾਂ ਜਿਹੜਾ ਹੁਣ ਚੱਲੇ ਹਾਂ, ਕੰਮ ਦੇਣਾ ਸੀਗਾ ਵੈਸੇ ਤਾਂ, ਅੱਜ ਜਾਣਾ ਸੀ ਮੰਡੀ ਪਰ ਬਾਈ ਹੋਣਾ ਕਰਕੇ ਜਾ ਨਹੀਂ ਹੋਇਆ। ਗੱਡੀ ਸਟਾਰਟ ਕਰੀਏ ਅਤੇ ਬਾਹਰ ਕੱਢ ਕੇ ਪਹਿਲਾਂ ਤਾਂ 5:30 ਹੋ ਗਏ। ਅਤੇ ਅਸਲ ਦੇ ਵਿੱਚ ਅੱਜ ਜਾਣਾ ਤਾਂ ਬਠਿੰਡੇ ਅਤੇ ਮੰਡੀ ਕੰਮ ਸੀਗੇ ਇੱਕ ਦੋ ਕਈ, ਅਤੇ ਪਰ ਇਹ ਕੰਮ ਜਿਹੜੇ ਆ ਇਹ ਲੇਟ ਹੋ ਗਏ, ਕਿਉਂਕਿ ਫਿਰ ਉਹ ਵਾਲਪੇਪਰ ਵਾਲੇ ਆਏ ਹੋਏ ਸੀਗੇ, ਅਤੇ ਜੋ ਆਪਾਂ ਹਾਂ ਕੀ ਪਾ ਲਿਆ ਹੱਥ 'ਚ ਹੁਣ ਚਲੋ। ਤੇ ਜਾਣਾ ਸੀਗਾ ਮੰਡੀ ਬਠਿੰਡੇ ਵੀ, ਤੇ ਅੱਜ ਫਿਰ ਜੋਤ ਨੂੰ ਮੌਕਾ ਮਿਲ ਗਿਆ ਸੌਣ ਦਾ ਦਿਨ। ਤੇ ਫਿਰ ਕਿਉਂਕਿ ਮੈਂ ਯਾਰ ਕੋਲੇ ਰਹਿ ਬਿਨਾ ਨਾ ਕੰਮ ਹੁੰਦਾ ਨੀ ਗਾ ਸਹੀ ਅਸਲ ਦੇ ਵਿੱਚ, ਅਤੇ ਫਿਰ ਕੋਲੇ ਰਹਿਣਾ ਜ਼ਰੂਰੀ ਆ। ਅਤੇ ਫਿਰ ਮੈਂ ਕਿਹਾ ਵੀ ਚੱਲ ਯਾਰ ਅੱਜ ਰਹਿਣ ਦਿਓ, ਕੈਂਸਲ ਕਰਦੇ ਪ੍ਰੋਗਰਾਮ ਹੁਣ ਆਪਾਂ, ਨਾਲ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ, ਕਿਉਂਕਿ ਅੱਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦਾ ਸ਼ਹਾਦਤ ਹੋਈ ਸੀ ਅੱਜ ਦੇ ਦਿਨ, ਠੀਕ ਹੈ। ਅੱਜ 8 ਪੋਹ ਆ, ਅਤੇ ਫਿਰ ਜਾਣਾ ਤਾਂ ਕਿਲ੍ਹਾ ਸਾਹਿਬ ਸੀ ਮੈਂ, ਜਿਵੇਂ ਤੁਹਾਨੂੰ ਸਵੇਰੇ ਦੱਸਿਆ ਸੀ ਹੈ ਨਾ, ਪਰ ਕਿਲ੍ਹਾ ਸਾਹਿਬ ਕੈਂਸਲ ਹੋ ਗਿਆ, ਫਿਰ ਹੁਣ
ਪਿੰਡ ਵਾਲੇ ਗੁਰਦੁਆਰਾ ਸਾਹਿਬ ਚੱਲੇ ਮੱਥਾ ਟੇਕਣ, ਨਾਲੇ ਇੱਕ ਸੂਟ ਦੇਣਾ ਸੀਗਾ ਵਰਕ ਹੋਣਾ, ਉਹ ਵੀ ਦੇ ਆਈਏ ਅਤੇ ਫਿਰ ਕੱਲ੍ਹ ਨੂੰ ਹੋ ਸਕਦਾ ਪ੍ਰੋਗਰਾਮ ਬਣੇ ਅੱਗੇ ਦਾ। ਅਤੇ ਬਾਕੀ ਜਿਹੜਾ ਆਪਣੇ ਘਰ ਸਿਸਟਮ ਤਿਆਰ ਹੋ ਰਿਹਾ ਇਹ ਤੁਹਾਨੂੰ ਹੁਣ ਦੱਸ ਹੀ ਦੇਈਏ, ਇਹ ਕੀ ਹੋ ਰਿਹਾ? ਸਟੂਡੀਓ ਤਿਆਰ, ਇਹ ਆਪਾਂ ਸਟੂਡੀਓ ਤਿਆਰ ਕਰ ਰਹੇ ਹਾਂ ਜੋਤ ਲਈ ਸਪੈਸ਼ਲ, ਕਿਉਂਕਿ ਅਸਲ ਦੇ ਵਿੱਚ ਨਾ ਜਿਵੇਂ ਜਿਵੇਂ ਹੁਣ ਮਤਲਬ ਕੰਮ ਵਧੀਆ ਚੱਲੀ ਜਾਂਦਾ ਨਾ, ਠੀਕ ਹੈ, ਮਤਲਬ ਇੱਕ ਸਾਈਡ ਤੇ ਹੋ ਜਾਊਗਾ ਜਿੱਥੇ ਮੈਂ ਆਪਣਾ ਸਟਾਫ ਰੱਖ ਸਕਦੀ ਆ, ਜਿੱਥੇ ਮੈਂ ਆਪਣਾ ਹਰੇਕ ਚੀਜ਼ ਰੀਪ੍ਰੈਜ਼ੈਂਟ ਕਰ ਸਕਦੀ ਆ। ਜਦੋਂ ਮੈਂ ਮਤਲਬ ਇੱਧਰ ਕਰਦੀ ਸੀ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਸੀਗੀਆਂ, ਹੁਣ ਮੇਰੇ ਕੋਲ ਇੱਕ ਸਪੈਸੀਫਿਕ ਜਗ੍ਹਾ ਬਣੀ ਹੋਈ ਹੈ ਜਿੱਥੇ ਮੈਂ ਹਰੇਕ ਚੀਜ਼ ਪਰਫੈਕਟਲੀ ਤੁਹਾਨੂੰ ਸ਼ੋਅ ਕਰ ਸਕਦੀ ਆ, ਆਪਣੀਆਂ ਚੀਜ਼ਾਂ ਉੱਥੇ ਮੈਨੇਜ ਕਰ ਸਕਦੀ। ਦੂਜੀ ਗੱਲ ਤੇ ਲਾਈਟਿੰਗ ਵਗੈਰਾ ਦਾ ਪ੍ਰਬੰਧ ਉੱਥੇ ਪੂਰਾ ਕਰਾਂਗੇ, ਤੇ ਤੀਜੇ ਨੰਬਰ ਤੇ ਜਿਵੇਂ ਆਪਾਂ ਕੱਲ ਬਿਜਲੀ ਦਾ ਸਮਾਨ ਲੈ ਗਏ ਸੀ ਨਾ, ਲਾਈਟਿੰਗ ਵਗੈਰਾ ਦਾ ਪ੍ਰਬੰਧ ਤੀਜੇ ਨੰਬਰ ਤੇ, ਉੱਥੇ ਇੱਕ ਸਪੇਸ ਸਪੈਸ਼ਲ ਹੋਊਗੀ ਜਿਹੜੀ ਇੱਕ ਮੰਨ ਕੇ ਚਲੋ ਵੀ ਬੁਟੀਕ ਲਈ ਹੋਊਗੀ ਨਾ। ਅਜੇ ਆਪਾਂ ਇਹ ਘਰੇ ਕਰ ਰਹੇ ਹਾਂ ਪਰ ਬਾਬਾ ਮਿਹਰ ਰੱਖੇ, ਠੀਕ ਹੈ ਵੀ ਇੱਦਾਂ ਤਰੱਕੀਆਂ ਮਿਲਣ, ਠੀਕ ਹੈ ਤਾਂ ਫਿਰ ਤਾਂ ਆਪਾਂ ਅੱਗੇ ਵੀ ਹੋਰ ਵਧਾਂਗੇ, ਪਰ ਸ਼ੁਰੂਆਤ ਆਪਾਂ ਇੱਥੋਂ ਕਰ ਰਹੇ ਹਾਂ। ਸ਼ੁਰੂਆਤ ਆਪਦੇ ਬੈਡਰੂਮ ਤੋਂ ਕੀਤੀ ਸੀ, ਠੀਕ ਹੈ, ਅਤੇ ਹੁਣ ਆਪਾਂ ਮੰਨ ਲਓ ਇੱਥੇ ਘਰੇ ਛੋਟੀ ਜਿਹੀ ਸਪੇਸ ਬਣਾ ਲਈ ਹੈ ਸਾਈਡ 'ਤੇ, ਠੀਕ ਹੈ, ਚੱਲ ਬਾਬਾ ਮਿਹਰ ਰੱਖੇ ਫਿਰ ਆਪਾਂ ਹੋਰ ਵੀ ਅੱਗੇ ਵਧੀਏ। ਅਤੇ ਹੁਣ ਆਪਾਂ ਚੱਲ ਗਏ ਗੁਰਦੁਆਰਾ ਮੱਥਾ ਟੇਕੀਏ ਪਹਿਲਾਂ, ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਉੱਧਰ ਦੇ ਕੇ ਆਵਾਂਗੇ ਸੂਟ, ਅਤੇ ਫਿਰ ਰਹਿਰਾ ਸਾਹਿਬ ਦਾ ਟਾਈਮ ਸੀਗਾ ਅਤੇ ਚਲੋ ਹੁਣ ਚੱਲੀਏ। ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕੰਮ ਹੋ ਗਿਆ ਮੁਕੰਮਲ, ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਕਰਾਇਆ ਆਪਾਂ ਇੱਥੇ ਮੈਡਮ। ਟੈਂ 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 ਹਜੇ ਸੁਪਨਾ ਥੱਲੇ ਆਵੇ, ਸਫਾਈ ਵੀ ਕਰੋ, ਹਜੇ ਆਪਾਂ ਥੱਲੇ ਵਾਸਤੇ ਵੀ ਲਿਆਉਣਾ ਕੁਛ, ਇੱਥੇ ਪ੍ਰੈਸ ਵਾਲਾ ਟੇਬਲ ਲਾ ਦੀ ਮੈਂ ਤੈਨੂੰ। ਪਲੱਗ ਕਿਉਂ ਕੋਲੇ ਲੱਗ ਜਾਣਾ, ਇੱਥੇ ਬੈ ਕੇ ਸੂਟ ਸਟਿਚ ਵੀ ਕਰਨੇ ਆ, ਇਹ ਬਹੁਤ ਕੁਛ ਅਸੀਂ ਕਰਨਾ, ਗੱਗੂ ਦੀ ਮਸ਼ੀਨ ਵੀ ਡਾਉਣੀ ਆ ਜੇ ਵਿੱਚ, ਸਾਰਾ ਕੁਝ ਕਰਨਾ, ਮਤਲਬ ਇਦਾਂ ਲੱਗ ਰਿਹਾ ਹੈ ਡ੍ਰੀਮ ਕਮ ਟਰੂ। ਹਜੇ ਤਾਂ ਅਜੇ ਸੇਰ ਚੋ ਕਹਿੰਦੇ ਵੀ ਪੂਣੀ ਵੀ ਨਹੀਂ ਕੱਤੀ, ਹਜੇ ਤਾਂ ਅੱਧਾ ਕੰਮ ਵੀ ਨਹੀਂ ਹੋਇਆ, ਬਾਕੀ ਲਾਈਟਾਂ ਕੰਪਲੀਟ ਹੋ ਗਏ, ਅਜੇ ਲਾਈਟਾਂ ਵੀ ਸੇਡਾਂ ਦੇ ਲੱਗਣੀਆਂ, ਆਹੀ ਲੱਗਣਗੀਆਂ ਲੰਬੇ ਦਾ, ਹਾਂ ਇੱਥੇ ਲੱਗੂਗੀ ਡਿਟੇਲਿੰਗ ਹੱਬ ਵਾਲਿਆਂ ਦੇ ਲੱਗੀਆਂ ਹੁੰਦੀਆਂ ਜਿਵੇਂ ਸੇਡਾਂ ਤੋਂ ਲਾਈਟ ਪਊਗੀ ਨਾ, ਉੱਪਰੋਂ ਤਾਂ ਆਵੇ ਪੈ ਹੀ ਰਹੀ ਸਾਹਮਣੇ, ਫਿਰ ਆਹ ਤਾਂ ਆਹ ਢੱਕ ਹੋ ਜਾਊਗਾ, ਕੀ ਢੱਕ ਕਿੱਥੇ ਹੋ ਜਾਊਗਾ, ਇੱਥੇ ਐ ਲੰਮੀ ਲੱਗਣੀ ਹੈ, ਇੱਥੇ ਲੋਗੋ ਲੱਗੂਗਾ ਸਾਡਾ, ਬਾਕੀ ਤੁਹਾਨੂੰ ਦਿਖਾਵਾਂਗੇ ਪੂਰਾ ਜਦੋਂ ਇਹਦਾ ਟੂਰ ਕਰਾਂਗੇ, ਪੂਰਾ ਜਦੋਂ ਬਣ ਗਿਆ ਕੰਪਲੀਟ, ਨਿੱਕੀ 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 ਚੀਜ਼ ਜਿਹੜੀ ਅਸੀਂ ਲਿਆਉਣੀ ਉਹ ਬੜੀ ਲਿਆ ਕੇ ਪੂਰਾ ਕੰਪਲੀਟ ਕਰਕੇ ਫਿਰ ਤੁਹਾਨੂੰ ਟੂਰ ਦੇਵਾਂਗੇ, ਹਨਾ? ਯੈਸ, ਬਾਕੀ ਸੋਹਣਾ ਬਣ ਗਿਆ, ਬਾਕੀ ਛੱਤ ਵੀ ਸੋਹਣੀ ਆ, ਛੱਤ ਬੜੀ ਸੋਹਣੀ ਆ, ਬੋਲੀ ਇੱਕ ਬੋਲੀ ਤਾਂ ਪਾ ਦੇ, ਇੱਕ ਬੋਲੀ ਦੋ ਇੱਥੇ ਤਾਂ ਲੱਗੇ ਹੋਣ, ਕੀ ਲਟਕਣੇ ਜਾਂ ਉਹ ਝੂਮਰ ਦੇ ਕਿਹੜੇ, ਹੋਰ ਕੁਛ ਬੜਾ ਜ਼ਿਆਦਾ ਗਾਂ ਵੱਧ ਗਈ ਤੂੰ, ਹਜੇ ਇੱਥੋਂ ਤੱਕ ਹੀ ਠੀਕ ਆ ਆਪਾਂ, ਕੋਈ ਨੀ ਉਹ ਵੀ ਲਾਵਾਂਗੇ ਪਰ ਉਹ ਫਿਰ ਇੱਥੇ ਨੀ ਲਾਉਂਦੇ ਨਾ, ਉਹ ਤਾਂ ਫਿਰ ਇੱਕ ਇੱਕ ਮਨਦੀਪ ਭੂਆ ਨੂੰ ਕਹੂ ਲਿਆ ਕੇ ਦੋਗੀ, ਕੀ ਮਰ ਵੀ ਅਸੀਂ ਨਵਾਂ ਇੱਕ ਸਾਲ ਦਾ ਨਵੇਂ ਹੀ ਉਹ ਸਾਰੇ ਵੀ ਦੀਆਂ ਘਰ ਦੀ ਸਾਰੇ ਇੱਕ ਨੂੰ ਗਿਫਟ ਕਰਦੇ ਹੋ, ਕੋਈ ਲਾਟੇ ਵੀ ਆਪਦੇ ਕੋਈ ਕੁਝ ਕਰਦੇ ਹੋ, ਕੋਈ ਗੱਲ ਨਹੀਂ, ਨਹੀਂ ਬਹੁਤ ਸੋਹਣੀ ਬਣ ਗਈ ਬਈ ਚੀਜ਼, ਆ ਦੇਖ ਲਓ ਭਾਉਂਦੀ ਵਾਈਡ ਐਂਗਲ ਚ ਕਰਕੇ ਦਿਖਾ ਦਿੰਨੇ ਆ, ਬਹੁਤ ਸੋਹਣੀ ਚੀਜ਼ ਬਣ ਗਈ, ਅਜੇ ਲਾਈਟਾਂ ਲੂਟਾਂ ਲੱਗਣਗੀਆਂ, ਜਦੋਂ ਬਣ ਗਿਆ ਨਾ ਪੂਰਾ ਤਿਆਰ ਹੋ ਗਿਆ ਥੱਲੇ ਵੀ ਮੈਟ ਮੂਟ ਵਿਛਾਤਾ ਤੇ ਫੇਰ ਫੁੱਲ ਸੁੱਕ ਕੇ ਹੋ ਜਾਣਾ,
ਛੱਤ ਬਣਾਤੀ ਬਸ, ਛੱਤ ਬਣਾ ਦੇ ਤੂੰ ਬਸ, ਛੱਤ ਐ ਜਿਹਾ ਸੀ। ਹਾਂ ਹਜੇ ਤਾਂ ਅੱਗੇ ਲੱਗਣੀ ਆ ਗੱਲ, ਮੈਨੂੰ ਐ ਲੱਗਦਾ ਸੀਗਾ ਵੀ ਛੱਤ ਕਿੱਥੇ ਚੁੱਕਾ। ਆਹ ਦੇਖ ਫਿਰ ਚੱਕੋ, ਆਹ ਕਰਦੇ ਇਕੱਠਾ ਹੁਣੇ, ਫਿਰ ਸਫਾਈ ਕਰਦੇ ਆ। ਇਹ ਤਾਂ ਮੈਂ ਹੀ ਚੱਕ ਦੇਣਾ ਹੁਣ, ਕੋਈ ਗੱਲ ਨਹੀਂ, ਰੋਟੀ ਰੋਟੀ ਬਣਾ ਕੇ ਫਿਰ ਕਰਾਂਗੇ। ਚਲੋ ਜੀ ਬਣਾਓ ਰੋਟੀ ਰੋਟੀ ਫਿਰ। ਇਹ ਦੋ ਡੱਬੇ ਲੱਗ ਗਏ, ਓਕੇ ਆ, ਇਹ ਤਾਂ ਹੱਥ ਨਾਲ ਖਾਲੀ ਨਹੀਂ ਖਾਲੀ ਆ ਨੂੰ। ਇਹ ਚੱਲ ਆਉਣ ਜਾਣ ਨੂੰ ਪੰਜ ਦਰਵਾਜੇ, ਖਿਸਕ ਜਾਣ ਨੂੰ ਮੋਰੀ, ਮੋਏ 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 ਬੋਲੀ ਆਉਂਦੀ ਨਹੀਂ ਗਾ, ਮੋਏ ਮੋਏ ਇੱਕ ਵੇਹੇ ਦੀ ਤੇ ਬੋਲੀ ਪਾਪਾ ਬਣਾਵਾਂਗੇ ਜਿੱਦੇ ਆਪਣਾ ਪੂਰਾ ਤਿਆਰ ਹੋ ਗਿਆ। ਹਜੇ ਤਾਂ ਬਹੁਤ ਕੁਛ ਐਡ ਕਰਨਾ ਇਹਦੇ ਤਿਆਰ ਕਰਕੇ, ਫਿਰ ਹਜੇ ਸਾਡੇ ਕੋਲੇ ਐਵੇਂ ਕਹਿ ਦਈਏ ਵੀ ਯਾਰ ਥੋੜੇ ਪੈਸੇ ਸੀਗੇ, ਫਿਰ ਅਸੀਂ ਆਹ ਕੰਧਾ ਛੱਡ ਸਕਦੇ ਹਾਂ, ਜਿੰਨਾ ਜਿੰਨਾ ਹੋਈ ਜਿੰਨਾ ਕੁ ਬਜਟ ਸੀਗਾ ਉਹਨਾਂ ਕਰ ਲਿਆ ਸੀ, ਆਹ ਸੀ ਥੋੜਾ ਜਿਹਾ, ਥੋੜਾ ਜਿਹਾ ਹੋਰ ਮੈਂ ਬਜਟ, ਥੋੜਾ ਜਿਹਾ ਬਜਟ ਹੋਰ ਵੱਧ ਗਿਆ ਤਾਂ ਫਿਰ ਆਪਾਂ ਅਗਾਂਹ ਨੂੰ ਵੀ ਕਰਾ ਦਾਂਗੇ, ਕੋਈ ਚੱਕਰ ਨਹੀਂ, ਫਿਰ ਪੂਰੀ ਕੰਪਲੀਟ ਹੋ ਜਾਊਗੀ। ਦੋ ਲਾਈਟ, ਇੱਕ ਲਾਈਟ ਇੱਧਰ, ਇੱਕ ਲਾਈਟ ਇੱਧਰ, ਇੱਕ ਆ ਉਹ ਵੀ, ਤਿੰਨ ਲਾਈਟਾਂ, ਦੋ ਲਾਈਟਾਂ, ਚੌਥੀ ਰਿੰਗ ਲਾਈਟ, ਚੌਥੀ ਰਿੰਗ ਲਾਈਟ, ਜਾਣੀ ਕਿ ਹੁਣ ਤੁਹਾਨੂੰ ਮੇਰੇ ਸਟੂਡੀਓ ਵਿੱਚ ਸਾਰਾ ਕੁਝ ਮਿਲੂਗਾ। ਮੈਂ ਵੀ ਰੀਲ ਬਣਾਉਣੀ ਆ, ਹਜੇ ਡਿਜ਼ਾਇਨ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਵੀ ਇੱਕ ਦੋ ਚੀਜ਼ਾਂ ਆਰਡਰ ਮੰਗਾਉਣੀਆਂ ਪੈਣੀਆਂ। ਹਾਂ ਇੱਕ ਦੋ ਡੈਕੋਰੇਸ਼ਨ, ਕਿਸੇ ਨੇ ਗਿਫਟ ਕਰਨੀ ਹੋਣੀ ਡੈਕੋਰੇਸ਼ਨ ਲਈ ਸਮਾਨ ਲਿਆਵਾਂਗੇ ਥੋੜਾ ਥੋੜਾ। ਮੈਂ ਇਹ ਗਿਫਟ ਵਾਲੀ ਗੱਲ ਕਹਿ ਰਹੀ ਹਾਂ, ਦੀਦੀ ਬੀਰਪਾਲ ਕੌਰ, ਮਨਿੰਦਰ ਕੌਰ ਨੂੰ, ਤੇ ਮਨਿੰਦਰ ਕੌਰ ਨੂੰ ਵੀ ਜੇ ਗਿਫਟ ਦੇਣਾ ਤਾਂ ਦੇ ਸਕਦੇ ਕੋਈ, ਤੇ ਗੰਗੂ ਨੂੰ ਵੀ, ਗੰਗੂ ਦਊਗੀ ਰੋਟੀ ਬਣਾ ਲਈ। ਹੁਣ ਵੱਢ ਦਿੰਦੀ ਆ ਕੇ, ਚੱਲ ਵੱਢ ਦਿੰਦੀ, ਆ ਜਾ ਵੱਢ ਕੇ ਦਿਖਾ ਹੁਣ ਤੈਨੂੰ, ਲੋਕਾਂ ਨੂੰ ਦੱਸੂ ਹੁਣ ਸ਼ਿਕਾਇਤਾਂ ਨਾ ਉਤਰੀਆਂ, ਮੈਂ ਬਹੁਤ ਸ਼ਤਾਣਿਆ ਤੂੰ, ਠੀਕ ਆ ਹੈਂ, ਲਾ ਦਿਆਂ ਸ਼ਿਕਾਇਤ ਦੱਸ। ਦੰਦੀਆਂ ਵੱਢਦੀ ਸੀਗੀ ਤਾਂ ਨੀ ਮੈਂ ਦੂਸਰਾ ਇਹਨੂੰ ਬੜਾਇਆ, ਅੱਜ ਬੜੀ ਵੀ ਬਹੁਤ ਦਿਨਾਂ ਬਾਅਦ ਜਿਹੜਾ ਅੰਦਰ ਪਿਆ, ਕਿਉਂਕਿ ਇਹਦੇ ਨਾਲ ਜ਼ਖਮ ਹੋ ਗਿਆ ਥੋੜ੍ਹਾ ਜਿਹਾ ਇੱਥੇ, ਅਤੇ ਉਹ ਹੁਣ ਉਹਦਾ ਸਵੇਰੇ ਕਰਾਵਾਂਗੇ ਇਲਾਜ, ਕਿਉਂਕਿ ਅੱਜ ਵੈਸੇ ਇਹਦੇ ਇੰਜੈਕਸ਼ਨ ਲਾਤੇ ਸੀਗੇ, ਬਟ ਕੱਲ੍ਹ ਨੂੰ ਹੁਣ ਮੈਨੂੰ ਲੱਗ ਰਿਹਾ ਕਿ ਡਾਕਟਰ ਨੂੰ ਸੱਦ ਕੇ ਘਰ ਅਤੇ ਪ੍ਰੋਪਰ ਤਰੀਕੇ ਨਾਲ ਇਲਾਜ ਕਰਾਉਣਾ ਪਊਗਾ, ਅਤੇ ਉਹ ਹੁਣ ਕੱਲ੍ਹ ਨੂੰ, ਹਾਂ ਸ਼ਾਇਦ ਟਾਂਕੇ ਵੀ ਲਾਉਣੇ ਪੈਣ, ਅਤੇ ਉਹ ਹੁਣ ਕੱਲ੍ਹ ਨੂੰ ਕਰਾਵਾਂਗੇ। ਅਤੇ ਬਾਕੀ ਅੱਜ ਦੇ ਵਲੋਗ 'ਚ ਕੁਛ ਖਾਸ ਨਹੀਂ ਸੀਗਾ, ਮੈਂ ਇਸ ਕਰਕੇ ਨਹੀਂ ਸ਼ੂਟ ਕੀਤਾ ਕਿਉਂਕਿ ਫਿਰ ਮੈਂ ਸ਼ੂਟ ਕਰਨ ਲੱਗ ਜਾਂਦਾ ਨਾ ਤਾਂ ਹੋਰ ਕੰਮ ਲੇਟ ਹੋਣ ਲੱਗ ਜਾਣਾ, ਫਿਰ ਇਸ ਕਰਕੇ ਕੰਮ ਨਿਬੇੜਨ ਦੀ ਕੀਤੀ। ਅਤੇ ਬਾਕੀ ਮਿਲਦੇ ਆਪਾਂ ਨਵੇਂ ਵਲੋਗ ਦੇ ਨਾਲ, ਚੈਨਲ ਕਰ ਲਓ ਸਬਸਕ੍ਰਾਈਬ, ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੋਗ ਕਿਵੇਂ ਲੱਗਿਆ, ਫਿਰ ਤੇ ਨਵੇਂ ਵਲੋਗ ਦੇ ਨਾਲ, ਬਾਏ ਬਾਏ, એનર્ਜੀ ਦੇ ਨਾਲ ਤੇ ਨਵੇਂ ਕੰਮਾਂ ਨਾਲ, ਬਾਏ ਬਾਏ, ਗੁੱਡ ਬਾਏ ਬਾਏ।
ਆਪਾਂ।